ਕੱਲ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਦੇ ਸਾਰੇ ਆਈਟੀ ਵਿੰਗ ਦੀ ਜਾਂ ਆਈਟੀ ਦੇ ਮੁੰਡਿਆਂ ਦੀ ਮੀਟਿੰਗ ਕਰਕੇ ਇੱਕੋ ਕੰਮ ਤੇ ਲਾਇਆ ਕਿ ਜਿੰਨੀ ਚਰਨਜੀਤ ਬਰਾੜ ਦੀ ਕਿਰਦਾਰ ਕੁਸ਼ੀ ਹੁੰਦੀ ਹੈ ਉਨੀ ਕਰ ਦਿਓ। ਮੈਂ ਇਹ ਕਿਹੜੇ ਕੰਮ ਚ ਪਏ ਹੋ ਪ੍ਰਧਾਨ ਸਾਹਿਬ? ਆਪਾਂ ਪ੍ਰਧਾਨ ਸਾਹਿਬ ਇਹਨਾਂ ਗੱਲਾਂ ਨਾਲ ਪਾਰਟੀ ਤਕੜੀ ਨਹੀਂ ਹੋਣੀ। ਮੈਨੂੰ ਤੁਸੀਂ ਮਾਰ ਦਿਓ, ਮੈਨੂੰ ਤੁਸੀਂ ਕੁੱਟ ਲਓ, ਮੈਨੂੰ ਤੁਸੀਂ ਬਦਨਾਮ ਕਰ ਦਿਓ, ਇਹਦੇ ਨਾਲ ਪਾਰਟੀ ਦਾ ਕੀ ਫਾਇਦਾ ਹੋਊਗਾ? ਕਿਉਂਕਿ ਤੁਹਾਡੇ ਨਾਲ ਹੀ ਸੀਗਾ। ਜੇ ਕੋਈ ਗਲਤ ਕੰਮ ਇਹ ਤੋਂ ਪਹਿਲਾਂ ਕੀਤਾ ਸੀ ਤੇ ਇਹਦਾ ਮਤਲਬ ਫਿਰ ਤੁਹਾਡੀ ਛਤਰਛਾਇਆ ਥੱਲੇ ਹੀ ਹੋਇਆ। ਇਸ ਕਰਕੇ ਇੱਕ ਉਂਗਲ ਜੇ ਮੇਰੇ ਅੰਨੀ ਨੂੰ ਆਊਗੀ, ਚਾਰ ਤੁਹਾਡੇ ਬੰਨੀ ਨੂੰ ਹੋਣਗੀਆਂ। ਆਪਦੇ ਆਈਟੀ ਵਿੰਗ ਨੂੰ, ਪਾਰਟੀ ਨੂੰ ਤਕੜਾ ਕਰਨ ਲਈ ਲਾਓ, ਇਹਨਾਂ ਕੰਮਾਂ 'ਚ ਨਾ ਪਾਓ ਕਿਰਪਾ ਕਰ। ਅੱਜ ਇੱਕ ਸੋਸ਼ਲ ਮੀਡੀਆ 'ਤੇ ਜਿਹੜਾ ਕਿਰਦਾਰ ਕੁਸ਼ੀ ਦਾ ਨਵਾਂ ਕਿੱਸਾ ਸਾਹਮਣੇ ਆਇਆ ਹੈ ਕਿ ਜਿਹੜਾ ਕੈਨੇਡਾ ਤੋਂ ਸੰਘਾ ਬੋਲ ਰਿਹਾ ਸੀ ਕਿ LMI ਦਾ ਧੰਦਾ ਹੈ ਜੀ, ਫਲਾਨਾ ਧੰਗਾ ਹੈ, ਜਿਹੜੇ ਗਗਨ ਦਾ ਉਸ ਦਿਨ ਨਾਂ ਲੈਂਦਾ ਸੀ, ਉਸ ਗਗਨ ਨੂੰ ਅੱਜ ਮੇਰੇ ਖਿਆਲ ਵੀਡੀਓ ਬਣਾਉਣ ਲਈ ਪੇਸ਼ ਕੀਤਾ। ਉਹਦੀ ਮਜਬੂਰੀ ਹੈ, ਮੈਨੂੰ ਪਤਾ, ਕਿਉਂਕਿ ਉਹਦੀ ਆਪਣੀ ਵਾਈਫ ਦੇ ਲਈ ਜਿਹੜੀ LMI ਲਈ ਹੈ ਉਹ ਹਲੇ ਤੀਕ ਨਾ ਤਾਂ PR ਹੋਈ ਹੈ ਅਤੇ ਉਹਨਾਂ ਕੋਲ ਹਲੇ ਕੰਮ ਕਰਦੀ ਹੈ। ਜਿਹੜਾ ਬੰਦਾ ਉੱਥੇ ਗਿਆ ਹੁੰਦਾ, ਜਿਹਨੂੰ ਇਹ ਲੱਗਦਾ ਕਿ ਮੈਂ ਡਿਪੋਰਟ ਹੋ ਸਕਦਾ ਸੀ, ਵਾਪਸ ਆਉਣਾ ਪੈ ਸਕਦਾ ਸੀ ਅਤੇ LMI ਕਰਕੇ ਮੈਂ ਕੈਨੇਡਾ 'ਚ ਰਹਿ ਗਿਆ, ਅਤੇ ਉਹ ਕਿਸੇ ਦੇ ਕਹੇ ਕੁਛ ਵੀ ਬੋਲ ਸਕਦਾ। ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਇਹਨਾਂ ਦਾ ਰਿਸ਼ਤੇਦਾਰ ਹੈ ਕੋਈ ਅਤੇ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ। ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ, ਕੋਈ ਮੋਹਾਲੀ ਦੇ ਵਿੱਚ ਦਫ਼ਤਰ ਨਹੀਂ ਹੈ। ਅਤੇ ਇੱਕ ਪਾਸੇ ਕਹਿੰਦਾ ਮੋਹਾਲੀ ਦਫ਼ਤਰ ਹੈ, ਇੱਕ ਪਾਸੇ ਕਹਿੰਦਾ ਮੈਂ ਬਰਨਾਲੇ ਅੱਡੇ ਦੇ ਵਿੱਚ 30 ਲੱਖ ਰੁਪਇਆ ਦਿੱਤਾ। ਯਾਰ ਕੋਈ ਢੰਗ ਸਿਰ ਦੇ ਐਲੀਗੇਸ਼ਨ ਤਾਂ ਲਾ ਲੈਂਦੇ। ਕੱਲ੍ਹ ਮੈਨੂੰ 4-5-6 ਫੋਨ ਆਏ ਜਿਹੜੇ ਗਗਨ ਨੂੰ ਮੁੰਡੇ ਉੱਥੇ ਜਾਣਦੇ ਆ ਅਤੇ ਜਿਨ੍ਹਾਂ ਦੇ ਪ੍ਰੈਜੈਂਸ ਦੇ ਵਿੱਚ ਮੈਨੂੰ ਫੋਨ ਕਰਕੇ ਗਗਨ ਨੇ ਆਪ ਕਿਹਾ ਸੀ ਵੀ ਬਾਈ ਮੈਂ ਤੁਹਾਡਾ ਨਾਂ ਲਿਆ ਅਤੇ ਇਸ ਕਰਕੇ ਮੈਨੂੰ LMI ਮਿਲ ਗਈ, ਤੁਹਾਡਾ ਧੰਨਵਾਦ। ਜੇ ਮੈਨੂੰ ਮੇਰਾ ਨਾਂ ਲੈ ਕੇ ਪੁੱਛਣ ਤਾਂ ਤੁਸੀਂ ਕਹਿ ਦਿਓ ਵੀ ਮੈਨੂੰ ਜਾਣਦਾ ਹੈ। ਬਸ ਇੰਨਾ ਫੋਨ ਤੁਸੀਂ ਮੈਨੂੰ ਗਗਨ ਨੇ ਕੀਤਾ ਗਗਨ, ਅਤੇ ਇਦੋਂ ਵੱਧ ਮੈਂ ਤੈਨੂੰ ਜਾਣਦਾ ਵੀ ਨਹੀਂ ਵੀਰੇ, ਨਾ ਮੈਨੂੰ ਪਤਾ ਹੈ ਤੂੰ ਕਿਹੜਾ ਪਿੰਡ ਹੈ। ਸਗੋਂ ਦੀ ਕੱਲ੍ਹ ਪਰਸੋਂ ਮੈਨੂੰ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਕਿ ਯਾਰ ਸਾਡੇ ਸਾਹਮਣੇ ਉਹ ਮਿੰਨਤਾਂ ਕਰਦਾ ਸੀ ਵੀ ਮੈਨੂੰ ਕਿਸੇ ਤਰੀਕੇ ਇੱਥੇ ਰਹਿਣ ਦੇ ਲਈ ਬਚਾ ਲਓ, ਅਤੇ ਉਹਦੇ ਕੋਲ ਨਾ ਕੋਈ ਪੈਸੇ ਸੀ, ਨਾ ਕੋਈ ਅਸੀਂ ਗੱਲ ਸੀ, ਨਾ ਉਹ ਦੇ ਸਕਦਾ ਸੀ। ਅਤੇ ਇਸ ਕਰਕੇ ਇਹ ਸਰਾਸਰ ਝੂਠਾ ਐਲੀਗੇਸ਼ਨ ਹੈ। ਔਰ ਜੇ ਕਿਸੇ ਨੂੰ ਪੈਸੇ ਦਿੱਤੇ, ਕਿਹੜੇ ਅਕਾਊਂਟ 'ਚ ਪਾਏ, ਕਿਹੜੇ ਰਿਸ਼ਤੇਦਾਰ ਨੂੰ ਫੜਾਏ, ਕਾਹਦੇ 'ਤੇ ਆਏ, ਕਾਹਦੇ 'ਤੇ ਗਏ, ਇਹ ਵੀ ਝੂਠੀਆਂ ਗੱਲਾਂ ਨਾਲ ਕਿਰਦਾਰ ਕੁਸ਼ੀ ਨਾਲ ਬਣਨਾ ਕੁਛ ਨਹੀਂ।